अच्छा जी प्रधानमंत्री बीमा सुरक्षा योजना ਤੁਹਾਨੂੰ ਦੱਸਣ ਜਾ ਰਿਹਾ ਹਾਂ ਦੇਖੋ ਵੀਰੋ ਇਦਾਂ ਹੁੰਦਾ ਆ ਕਿ ਵੀਡੀਓ ਦੇਖਣ ਤੋਂ ਬਾਅਦ ਕਈ ਵਾਰੀ ਲੋਕ ਕਹਿੰਦੇ ਆ ਤੁਸੀਂ ਇਦਾਂ ਬੋਲਦੇ ਪਿਆ ਉਦਾਂ ਬੋਲਦੇ ਪਿਆ ਤੁਹਾਨੂੰ ਛੋਟੀ ਜਿਹੀ ਉਦਾਹਰਣ ਦੇ ਦਿੰਨਾ ਜੀ ਬਾਹਰਲੇ ਮੁਲਕਾਂ ਦੇ ਵਿੱਚ ਜਾਣ ਦੇ ਲਈ ਲੱਖ ਰੁਪਏ ਚ ਵੀ ਲੋਕ ਆਂਦੇ ਆ ਤੇ 15 ਲੱਖ ਰੁਪਏ ਚ ਵੀ ਲੋਕ ਆਂਦੇ ਆ ਉਹ ਤੁਹਾਡਾ ਦਿਮਾਗ ਆ ਜੀ ਤੁਸੀਂ ਕਿਵੇਂ ਜੜਾ ਆ ਫਾਇਦਾ ਚੱਕਣਾ ਆ ਕਿਵੇਂ ਤੁਸੀਂ ਆਪਣੀ ਜਿਹੜੀ ਉਹ ਐਫਰਟ ਕਰਨੇ ਆ ਮਿਹਨਤ ਕਰਨੇ ਆ ਤੇ ਫਾਇਦਾ ਜੜਾ ਉਹ ਚੱਕਣਾ ਆ ਸੋ ਇਹਨਾਂ ਗੱਲਾਂ ਦਾ ਖਿਆਲ ਰੱਖਿਆ ਕਰੋ ਮੈਂ ਬਾਰ-ਬਾਰ ਤੁਹਾਨੂੰ ਕਹਿਣਾ ਹੁੰਦਾ ਆ ਕਿ ਵੀਡੀਓ ਦੀ ਜਿਹੜੀ ਉਹ ਤੁਸੀਂ ਵੈਰੀਫਿਕੇਸ਼ਨ ਕਰ ਲਿਆ ਕਰੋ ਜਾ ਕੇ ਚੈੱਕ ਕਰ ਲਿਆ ਕਰੋ ਪੁੱਛ ਲਿਆ ਕਰੋ ਜੇ ਕੁਝ ਹੁੰਦਾ ਆ ਮੈਂ ਤਾਂ ਹੀ ਤੁਹਾਨੂੰ ਦੱਸਦਾ ਆ ਸੋ ਜੀ 2 ਰੁਪਏ ਦੇ ਵਿੱਚ ਤੁਸੀਂ ਜਿਹੜਾ ਮਹੀਨੇ 'ਚ ਜਿਹੜਾ 2 ਲੱਖ ਰੁਪਏ ਦਾ ਬੀਮਾ ਜਿਹੜਾ ਉਹ ਲੈ ਸਕਦੇ ਆ ਕੁਝ ਗੱਲਾਂ ਤੁਹਾਨੂੰ ਇਹਦੇ ਨਾਲ ਦੱਸਣ ਜਾ ਰਿਹਾ ਆ ਦੇਸ਼ ਦੇ ਵਿੱਚ ਕਮਜ਼ੋਰ ਵਰਗ ਤੱਕ ਲਾਈਫ ਇੰਸ਼ੋਰੈਂਸ ਨੂੰ ਪਹੁੰਚਾਉਣ ਦੇ ਲਈ ਸਰਕਾਰ ਦੀ ਤਰਫ ਤੋਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਚਲਾਈ ਜਾ ਰਹੀ ਹੈ ਤੇ ਚ 20 ਰੁਪਏ ਸਾਲਾਨਾ ਯਾਨੀ 2 ਰੁਪਏ ਤੋਂ ਵੀ ਘੱਟ ਮਹੀਨੇ ਦਾ ਖਰਚਾ ਆਏਗਾ ਤੇ 2 ਲੱਖ ਰੁਪਏ ਤੱਕ ਦੀ ਲਾਈਫ ਇੰਸ਼ੋਰੈਂਸ ਛੜੀ ਉਹ ਮਿਲ ਜਾਂਦੀ ਹੈ ਇਸ ਯੋਜਨਾ ਨੂੰ ਮਈ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਚ ਕੀਤਾ ਸੀ ਤੇ ਇਹਦੇ ਚ ਬੀਮਾ ਖਰੀਦਣ ਦੇ ਲਈ ਕਿਸੇ ਮੈਡੀਕਲ ਜਾਂਚ ਦੀ ਵੀ ਜ਼ਰੂਰਤ ਨਹੀਂ ਹੈ ਦੁਰਘਟਨਾ ਦੇ ਵਿੱਚ ਮੌਤ ਹੋਣ ਦੇ ਉੱਪਰ ਮਿਲੇਗੀ 2 ਲੱਖ ਦੀ ਸਹਾਇਤਾ दुर्घटना ਦੇ ਵਿੱਚ ਸਥਾਈ ਰੂਪ ਜਾਂ ਸਥਾਈ ਜਾਂ ਪੂਰਨ ਵਿਕਲੰਗ ਹੋਣ ਦੇ ਉੱਪਰ ਜਿਵੇਂ ਕਿ ਦੋਨੋਂ ਅੱਖਾਂ ਜਾਂ ਫਿਰ ਦੋਨੋਂ ਹੱਥਾਂ ਜਾਂ ਫਿਰ ਦੋਨੋਂ ਪੈਰਾਂ ਦਾ ਖੋਹ ਦੇਣ ਦੇ ਉੱਪਰ ਵੀ 2 ਲੱਖ ਰੁਪਏ ਦਾ ਜਿਹੜਾ ਉਹ ਭੁਗਤਾਨ ਕੀਤਾ ਜਾਏਗਾ। ਦੁਰਘਟਨਾ ਦੇ ਵਿੱਚ ਸਥਾਈ ਅਸ਼ੰਕ ਅਸ਼ੰਕ ਜਿਹੜੇ ਵਿਕਲੰਗਤਾ ਹੋਣ ਹੋਣਾ ਜਿਵੇਂ ਕਿ ਇੱਕ ਅੱਖ ਜਾਂ ਫਿਰ ਇੱਕ ਹੱਥ ਜਾਂ ਫਿਰ ਇੱਕ ਪੈਰ ਦਾ ਇਸਤੇਮਾਲ ਨਾ ਕਰਨ ਪਾਉਣ ਦੀ ਸਥਿਤੀ ਦੇ ਵਿੱਚ ਵੀ 1 ਲੱਖ ਰੁਪਏ ਜਿਹੜਾ ਉਹ ਮਿਲੇਗਾ। ਸੋ ਕੀ ਆ ਅਕਾਊਂਟ ਤੁਹਾਡੇ ਕੋ ਜਿਹੜਾ ਹੋਣਾ ਜ਼ਰੂਰੀ ਆ ਬੈਂਕ ਦਾ ਜੇ ਤੁਸੀਂ ਇਹ ਲੈਣੀ ਆ ਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਪੀ ਐਮ ਐਸ ਬੀਵਾਈ ਦਾ ਫਾਰਮ ਤੁਸੀਂ ਆਨਲਾਈਨ ਜਾਂ ਫਿਰ ਬੈਂਕ ਦੇ ਵਿੱਚ ਜਾ ਕੇ ਵੀ ਭਰ ਸਕਦੇ ਆ ਕਿਸੇ ਵੀ ਬੈਂਕ ਦੇ ਜ਼ਰੀਏ ਤੁਸੀਂ ਇਹ ਇੰਸ਼ੋਰੈਂਸ ਲੈ ਸਕਦੇ ਆ ਪਬਲਿਕ ਸੈਕਟਰ ਦੇ ਨਾਲ ਪ੍ਰਾਈਵੇਟ ਬੈਂਕਾਂ ਨੇ ਵੀ ਆਪਣੀ ਵੈਬਸਾਈਟ ਦੇ ਉੱਪਰ ਇਹਦੇ ਸੰਬੰਧਿਤ ਪੂਰੀ ਜਾਣਕਾਰੀ ਦਿੱਤੀ ਆ ਚੈੱਕ ਕਰ ਲਈਓ ਇਸ ਯੋਜਨਾ ਦਾ ਲਾਭ ਲੈਣ ਦੇ ਲਈ ਆवेदक ਦੇ ਕੋਲ ਬੈਂਕ ਅਕਾਊਂਟ ਹੋਣਾ ਜ਼ਰੂਰੀ ਆ ਤੇ ਬੈਂਕ ਅਕਾਊਂਟ ਤੋਂ ਪੈਸੇ ਸਿੱਧੇ ਕੱਟੇ ਜਾਣਗੇ ਇਸ ਤੋਂ ਇਲਾਵਾ ਜੀ ਕੌਣ ਲੈ ਸਕਦਾ ਹੈ ਇਹਦਾ ਫਾਇਦਾ ਅਵੇ ਤੱਕ ਜਿਹੜਾ ਜਿਹਨੇ ਅਪਲਾਈ ਕਰਨਾ ਉਹਦੀ ਉਮਰ ਘੱਟ ਤੋਂ ਘੱਟ 18 ਸਾਲ ਹੋਣੀ ਚਾਹੀਦੀ ਹੈ ਤੇ ਜਿਆਦਾ ਤੋਂ ਜਿਆਦਾ 70 ਸਾਲ ਤੱਕ ਦੇ ਲੋਕ ਇਸ ਬੀਮੇ ਦਾ ਲਾਭ ਲੈ ਸਕਦੇ ਆ ਬੀਮਾ ਕਵਰ ਦੀ ਜਿਹੜੀ ਅਵਧੀ ਆ ਟਾਈਮ ਪੀਰੀਅਡ ਹੋ ਇੱਕ ਸਾਲ ਆ ਤੇ 1 ਜੂਨ ਤੋਂ 31 ਮਈ ਤੱਕ ਹੋਏਗੀ ਕਿੱਥੋਂ ਲੈ ਸਕਦੇ ਆ ਸਾਰਵਜਨਿਕ ਖੇਤਰ ਦੀਆਂ ਬੀਮਾ ਕੰਪਨੀਆਂ ਦੇ ਮਾਧਿਅਮ ਤੋਂ ਇਸ ਯੋਜਨਾ ਦੇ ਤਹਿਤ ਬੀਮਾ ਕਰਾਇਆ ਜਾ ਸਕਦਾ ਆ ਤੇ ਇਸ ਤੋਂ ਹਲਾਵਾ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦਾ ਲਾਭ ਬੈਂਕ ਦੀ ਕਿਸੇ ਵੀ ਸ਼ਾਖਾ ਤੋਂ ਜਿਹੜਾ ਤੁਸੀਂ ਜਾ ਕੇ ਲੈ ਸਕਦੇ ਆ ਜਿੱਥੇ ਤੁਹਾਡਾ ਬੈਂਕ ਅਕਾਊਂਟ ਹੋਵੇ ਆਟੋ ਡੈਬਿਟ ਫੈਸਿਲਿਟੀ ਮਿਲਦੀ ਆ ਪੀ ਐਮ ਐਸ ਬੀ ਆਈ ਦਾ ਫਾਇਦਾ ਲੈਣ ਦੇ ਲਈ ਤੁਹਾਡੇ ਕੋਲ ਬੈਂਕ ਅਕਾਊਂਟ ਹੋਣਾ ਜ਼ਰੂਰੀ ਹੈ ਇੱਕ ਤੋਂ ਜ਼ਿਆਦਾ ਬੈਂਕ ਅਕਾਊਂਟ ਹੋਣ ਦੇ ਉੱਪਰ ਕੇਵਲ ਇੱਕ ਹੀ ਬੈਂਕ ਦੇ ਵਿੱਚ ਇਸ ਯੋਜਨਾ ਨੂੰ ਲੈ ਸਕਦੇ ਆ ਤੇ ਹਰ ਸਾਲ 31 ਮਈ ਨੂੰ ਆਟੋ ਡੈਬਿਟ ਸੁਵਿਧਾ ਦੇ ਜ਼ਰੀਏ ਤੁਹਾਡੇ ਬੈਂਕ ਚੋਂ 20 ਰੁਪਏ ਜਿਹੜੇ ਉਹ ਪ੍ਰੀਮੀਅਮ ਦੀ ਕਟੌਤੀ ਕੀਤੀ ਜਾਏਗੀ ਹੁਣ ਭਾਈ ਸਰਚ ਕਰ ਲਈਓ ਇਹਦੇ ਬਾਰੇ ਜਾ ਕੇ ਮੈਂ ਤੁਹਾਨੂੰ ਫੇਰ ਕਹਿ ਰਿਹਾ ਕਿ ਉਸ ਤੋਂ ਬਾਅਦ ਤੁਸੀਂ ਜਾ ਕੇ ਜਿਹੜਾ ਉਹ ਇਹਦੇ ਬਾਰੇ ਦੱਸੀ ਉਹ ਤੇ ਤੁਹਾਨੂੰ ਆਪਣੀ ਹੁਣ ਤੁਹਾਡੀ ਹਿੰਮਤ ਆ ਤੁਸੀਂ ਜੇਕਰ ਤੁਹਾਨੂੰ ਨਹੀਂ ਲੋੜ ਹੈ ਤਾਂ ਜੇ ਤੁਹਾਡੇ ਨਾਲ ਗਰੀਬ ਬੰਦਾ ਕੋਈ ਹੈਗਾ ਆ ਉਹਦੀ ਜ਼ਰੂਰ ਇਹ ਜਿਹੜੀ ਮਦਦ ਕਰੋ ਔਰ ਇਹ ਇਦਾਂ ਨਹੀਂ ਹੈਗਾ ਜੀ ਕਿ ਪੈਸੇ ਬੀਮਾ ਆ ਇਹਦੇ ਤੇ ਹੋਰ ਵੀਡੀਓ ਮੈਂ ਆਪਣੇ YouTube ਚੈਨਲ ਦੀਪਕ ਨ ਪੈਰਸ ਤੇ ਤੇ Facebook ਪੇਜ ਦੀਪਕ ਨ ਪੈਰਸ ਤੇ ਪਾਈਆਂ ਹੋਈਆਂ ਆ ਤੇ ਇਹ ਬੀਮਾ ਹੁੰਦਾ ਆ ਜਦੋਂ ਕੋਈ ਪ੍ਰੋਬਲਮ ਜਿੱਦਾਂ ਮੈਂ ਤੁਹਾਨੂੰ ਦੱਸਿਆ ਮੌਤ ਜਾਂ ਫਿਰ ਕੋਈ ਐਕਸੀਡੈਂਟ ਹੋ ਜਾਵੇ ਅਦੋਂ ਇਹ ਪੈਸੇ ਮਿਲਦੇ ਆ ਸੋ ਚੈੱਕ ਕਰ ਲਿਓ ਜੀ